ਗੱਡੀ ਇੱਕ ਹੋਰ ਆ ਗਈ ਇੰਨੀ ਦੇਰ 'ਚ, ਪੰਜ ਗੱਡੀਆਂ ਲੰਘ ਗਈਆਂ ਇੰਨੀ ਦੇਰ 'ਚ, ਆ ਦੇਖ ਲਾ ਰੇਲਵੇ ਵਾਲਿਆਂ ਤੋਂ ਫਾਟਕ ਨਹੀਂ ਇੱਕ ਸਹੀ ਹੋਇਆ, ਆ ਲੋਕ ਕਿਹੜਾ ਹਟਦੇ ਆ ਦੇਖ ਲਾ ਕਿੱਦਾਂ ਵਿੱਚ ਭੱਜ ਭੱਜ ਜਾਂਦੇ ਆ। ਉਹ ਯਾਰ ਪਤਾ ਕੀ ਹੈ, ਮਜ਼ਦੂਰਾਂ ਦਾ ਇਲਾਕਾ ਇੱਥੇ, ਮੰਨਣਾ ਹੀ ਨਹੀਂ ਹਟਣਾ ਹੀ ਨਹੀਂ ਲੋਕਾਂ ਨੇ, ਆ ਦੇਖ ਲਾ ਤੇਰੇ ਸਾਹਮਣੇ ਹੀ ਆ, ਦੋ ਇੱਧਰ ਖੜੀਆਂ, ਦੋ ਇੱਕ ਆ ਖੜੀ ਇੱਕ ਉਹ ਆ ਰਹੀ ਹੈ ਹਨਾ। ਬਸ ਠੀਕ ਹੈ, ਕੱਟ ਲਓ ਕੱਟ ਲਓ ਕੱਟ ਲਓ। ਸ਼ਹਿਰ ਦਾ ਜਿਗਰ ਕਿਹਾ ਜਾਣ ਵਾਲਾ ਫੋਕਲ ਪੁਆਇੰਟ ਇਲਾਕਾ ਜਮਾਲਪੁਰ ਅਤੇ ਸਾਹਨੇਵਾਲ ਆਦਿ ਕਈ ਐਸੇ ਵੱਡੇ ਇਲਾਕੇ ਨੇ ਜਿੱਥੇ ਬਹੁਤ ਵੱਡੀ ਵੱਡੀ ਇੰਡਸਟਰੀਆਂ ਸਥਿਤ ਨੇ। ਅੱਜ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ ਸੀ, ਅਤੇ ਜਿਵੇਂ ਰੇਲ ਗੱਡੀ ਲੰਘੀ ਇੱਥੋਂ, ਰੇਲ ਗੱਡੀ ਦੇ ਲੰਘਣ ਤੋਂ ਬਾਅਦ ਹੀ ਵਾਈਬ੍ਰੇਸ਼ਨ ਨਾਲ ਹੀ ਫਾਟਕ ਜਿਹੜਾ ਹੈ ਉਹ ਟੁੱਟ ਗਿਆ, ਅਤੇ ਜਦੋਂ ਰੇਲਵੇ ਕਰਮੀ ਨੇ ਫਾਟਕ ਨੂੰ ਚੱਕਿਆ ਤਾਂ ਫਾਟਕ ਵਿੱਚੋਂ ਵਿੱਚ ਅੱਧਾ ਹੋ ਗਿਆ ਅਤੇ ਹਫੜਾ ਤਫੜੀ ਮੱਚ ਗਈ ਰਾਹਗੀਰਾਂ ਵਿੱਚ। ਮੈਂ ਪਿਛਲੇ ਕਾਫੀ ਸਾਲਾਂ ਤੋਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਆ ਰਿਹਾ ਹਾਂ ਕਿ ਇਸ ਜਗ੍ਹਾ 'ਤੇ, ਇਹ ਲੁਧਿਆਣੇ ਦਾ ਜਿਗਰ ਹੈ ਫੋਕਲ ਪੁਆਇੰਟ ਇਲਾਕਾ, ਇੱਥੇ ਲੱਖਾਂ ਲੋਕ ਆਪਣਾ ਘਰ ਦਾ ਗੁਜ਼ਾਰਾ ਚਲਾਉਣ ਲਈ ਫੈਕਟਰੀਆਂ 'ਚ, ਵੱਡੀ ਵੱਡੀ ਇੰਡਸਟਰੀਆਂ 'ਚ ਕੰਮ ਕਰਦੇ ਨੇ, ਅਤੇ ਇੱਥੇ ਇੱਕ ਫਲਾਈ ਓਵਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਰਸਤਾ ਛੋਟਾ ਹੈ, ਗੱਡੀਆਂ ਲੱਖਾਂ ਦੀ ਤਾਦਾਦ 'ਚ ਮਾਲ ਢੋਂਦੀਆਂ ਨੇ ਫੈਕਟਰੀਆਂ ਦਾ, ਲੋਕਾਂ ਦਾ ਆਉਣਾ ਜਾਣਾ ਹੈ, ਸੋ ਇਸ ਲਈ ਬੜਾ ਜ਼ਰੂਰੀ ਹੈ। ਅਤੇ ਅੱਜ ਜਿਹੜਾ ਇਹ ਫਾਟਕ ਟੁੱਟਿਆ ਹੈ ਤੁਸੀਂ ਦੇਖੋ, ਸ਼ਾਮ ਦਾ ਮਾਹੌਲ ਹੈ ਅਤੇ ਤਕਰੀਬਨ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਥੋਂ ਲੰਘਣਗੀਆਂ ਘੱਟੋ ਘੱਟ 2 ਦਰਜਨ ਗੱਡੀਆਂ, ਅਤੇ ਹਫੜੇ ਤਫੜੇ ਵਾਲੇ ਮਾਹੌਲ ਦੇ ਵਿੱਚ ਕੋਈ ਵੱਡੀ ਘਟਨਾ ਹੋ ਸਕਦੀ ਹੈ। ਵੈਸੇ ਤਾਂ ਰੇਲਵੇ ਦੇ ਅਧਿਕਾਰੀ ਮੌਕੇ 'ਤੇ ਆ ਗਏ ਸਨ, ਜਿਨ੍ਹਾਂ ਨੇ ਫਾਟਕ ਨੂੰ, ਟੁੱਟੇ ਹੋਏ ਫਾਟਕ ਨੂੰ ਇੱਕ ਟੈਂਪਰੇਰੀ ਫਾਟਕ ਨਾਲ ਰਸਤੇ ਨੂੰ ਬਲੌਕ ਕਰ ਦਿੱਤਾ ਹੈ, ਰਸਤਾ ਬੰਦ ਕਰ ਦਿੱਤਾ ਹੈ,